श्लोक महला तीजा। सतगुरु की सेवा सफल है, जे को करे चित लाए, मन चिंदिया फल पावना, होमें विचों जाए। बंधन तोड़े मुक्त होए, सच्चे रह समाए, इस जग में नाम अलभ है, गुरमुख वसे मन आए। नानक जो गुर से मैं अपना हों, तिन बलिहारे जाऊं। महला तीजा, मनमुख मन अजित है, दूजे लगे जाए, तिसनो सुख सुपने नहीं, दुखे दुख विहाए। कर कर पढ़ पढ़ पंडित थके, सिद्ध समाध लगाए। ए मन वस ना आवे, थके कर्म कमाए। पेख तारी पेख कर थके, अठ सठ तीर्थ नाहे। मन की सार न जाननी, हो मैं भरम भुलाए। गुर प्रसादी भौ पया, बड भाग वस्या मन आए। पै पये मन वस हुआ, हो मैं शब्द जलाए। सच रते से निर्मले, ज्योति ज्योत मिलाए। सतगुर मिले है नाउ पाया, नानक सुख समाए। पौड़ी ए भूपत राणे रंग, दिन चार सुहावना। ए माया रंग कसुंब, खिन में लह जावना। चलदिया नाल न चले, सिर पाप ले जावना। जां पकड़ चलाया काल, तां खरा डरामना। ओ वेला हथ ना आवे, फिर पछतावना। वाहिगुरु जी का खालसा, वाहिगुरु जी की फतह। तन तन श्री गुरु अमरदास जी, जिन्हां दे पावन बचन पढ़ के गुरु दी सेवा करन दी जाच प्रेरणा, अते गुरु दी सेवा करन वाले नूं की प्राप्त हुंदा है, ये सारियां गल्लां दी सहजे ही समझ आ जाए। क्योंकि श्री गुरु अमरदास जी ने 62 साल की उम्र में श्री गुरु अंगद देव जी, जिन्हां की उम्र उस वेले 36 साल सी, रिश्ता कुड़माचारी सी, पर जो सेवा की लगातार 12 साल, ते उस सेवा ने जो रंग लियांदा, वो साढ़े सारियां लई एक मिसाल है। इसे लई भट्ट साहिबान ने गुरु अमरदास जी की सेवा नूं वेख के
ਸਵਈਆਂ ਦੀ ਬਾਣੀ ਵਿੱਚ ਇੱਕ ਸਵਈਆ ਲਿਖੇ, ਉਸ ਵਿੱਚ ਉਹ ਲਿਖਦੇ ਹਨ, ਕੰਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਬੀ ਜਨ ਭਲ ਉਨਾ ਜੋ ਗਾਵੇ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਸ਼੍ਰੀ ਗੁਰੂ ਅਮਰਦਾਸ ਜੀ ਨੇ ਜੋ ਨਿਰੰਤਰ ਸੇਵਾ ਕੀਤੀ ਔਰ ਸੇਵਾ ਕਰਕੇ ਜਿਸ ਪਦਵੀ 'ਤੇ ਪਹੁੰਚੇ, ਉਹ ਸੱਚਮੁੱਚ ਆਪਣੀ ਮਿਸਾਲ ਆਪ ਹੈ। ਅਤੇ ਉਸ ਸੇਵਾ ਦੇ ਫਲ ਸਵਰੂਪ ਜਦੋਂ ਗੁਰੂ ਅੰਗਦ ਦੇਵ ਜੀ ਤੁੱਠੇ ਅਤੇ ਉਹਨਾਂ ਦੀ 12 ਸਾਲ ਕੀਤੀ ਹੋਈ ਸੇਵਾ ਦੇ ਫਲ ਸਵਰੂਪ ਉਹਨਾਂ ਨੂੰ 12 ਵਰ ਦਿੱਤੇ। ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਉਟਿਆਂ ਦੀ ਓਟ ਗੁਰੂ ਅਮਰਦਾਸ, ਨਿਤਿਰਿਆਂ ਦੀ ਧਿਰ ਗੁਰੂ ਅਮਰਦਾਸ, ਨਗੱਤਿਆਂ ਦੀ ਗੱਤ ਗੁਰੂ ਅਮਰਦਾਸ, ਨਿਪੱਤਿਆਂ ਦੀ ਪੱਤ ਗੁਰੂ ਅਮਰਦਾਸ। ਫਿਰ ਐਸੇ ਗੁਰੂ ਅਮਰਦਾਸ ਜੀ ਸਾਡੇ ਲਈ ਪੂਰਨੇ ਪਾਉਂਦੇ ਅਤੇ ਇਹਨਾਂ ਸਲੋਕਾਂ ਵਿੱਚ ਸਮਝਾਉਂਦੇ ਨੇ, ਸਤਿਗੁਰ ਕੀ ਸੇਵਾ ਸਫਲ ਹੈ। ਸਤਿਗੁਰੂ ਦੀ ਸੇਵਾ ਸਫਲ ਫਲਦਾਤੀ, ਫਲ ਦੇਣ ਵਾਲੀ ਹੈ। ਜਿਹੜਾ ਵੀ ਗੁਰੂ ਦੀ ਸੇਵਾ ਕਰੇ ਉਹਨੂੰ ਫਲ ਮਿਲੇਗਾ, ਪਰ ਨਾਲ ਸ਼ਰਤ ਇਹ ਹੈ, ਜੇ ਕੋ ਕਰੇ ਚਿੱਤ ਲਾਏ। ਇਹ ਕੰਡੀਸ਼ਨ ਜਿਹੜੀ ਹੈ ਇਹਦੇ ਉੱਤੇ ਕੋਈ ਵਿਰਲਾ ਹੀ ਪੂਰਾ ਉਤਰ। ਇਸੇ ਲਈ ਬਾਣੀ 'ਚ ਲਿਖਿਆ ਹੈ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਗੁਰੂ ਪੀਰਾਂ ਦੀ ਨੌਕਰੀ ਔਖੀ ਬੜੀ, ਮਹਾਂ ਕਰੜੀ, ਪਰ ਹੈ ਸੁੱਖ ਦੇਣ ਵਾਲੀ। ਤੋ ਐਸੀ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹਨ ਦੀ ਲੋੜ ਹੈ, ਉਹਨਾਂ ਦੀ ਸੇਵਾ ਕਰਨ ਦੇ ਤਰੀਕੇ ਨੂੰ ਸਿੱਖਣ ਦੀ ਲੋੜ ਹੈ। ਅਤੇ ਕਿਧਰੇ ਹੋਰ ਸਿੱਖਣ ਜਾਣ ਦੀ ਲੋੜ ਨਹੀਂ, ਉਹਨਾਂ ਦੀ ਬਾਣੀ ਵਿੱਚੋਂ ਹੀ ਪਤਾ ਲੱਗ ਜਾਂਦਾ। ਹਸਤੀ ਸਿਰ ਜਿਉਂ ਅੰਕਸ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਊ ਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ। ਦੇਖੋ ਧਿਆਨ ਨਾਲ ਪੜ੍ਹਾਂਗੇ ਸਮਝ ਆਵੇ। ਆਖਿਆ ਸੇਵਾ ਇਉਂ ਕਰਨੀ ਪੈਂਦੀ ਜਿਵੇਂ ਹਾਥੀ ਦੇ ਸਿਰ 'ਤੇ ਅੰਕਸ, ਜਿਵੇਂ ਐਰਣ ਆਪਣੇ ਸਿਰ 'ਤੇ ਸੱਟਾਂ ਸਹਿੰਦੀ, ਇਸ ਤਰ੍ਹਾਂ ਆਪਾਂ ਗਵਾ ਕੇ ਸੇਵਾ ਕਰਨੀ ਪੈਂਦੀ। ਬਜ਼ੁਰਗ ਕਿਹਾ ਕਰਦੇ ਸਨ, ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ, ਦਾਨਾ ਖਾਕ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਤੋ ਧੰਨ ਗੁਰੂ ਅਮਰਦਾਸ ਜੀ ਦਾ ਇਹ ਇੱਕੋ ਹੀ ਬੋਲ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਜੇ ਕੋਈ ਸ਼ਿਕਾਇਤ ਕਰਦਾ ਜੀ ਮੈਂ ਸੇਵਾ ਕੀਤੀ, ਮੈਨੂੰ
ਇਹਦਾ ਲਾਭ ਨਹੀਂ ਹੋਇਆ। ਯਾਦ ਰੱਖੋ, ਸੇਵਾ ਕਰਨ ਵਾਲਾ ਕਦੇ ਪਿੱਛੇ ਮੁੜ ਕੇ ਨਹੀਂ ਦੇਖਦਾ। ਸੇਵਾ ਕਰਨੀ ਤਾਂ ਲੋਹੇ ਦੇ ਚਣੇ ਚਬਾਉਣ ਵਾਲੀ ਗੱਲ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਇਹਦੇ ਵਿੱਚ ਸਿਰ ਭੇਟ ਕਰਨਾ ਪੈਂਦਾ, ਆਪਾ ਗਵਾਉਣਾ ਪੈਂਦਾ। ਤੋ ਧੰਨ ਗੁਰੂ ਅਮਰਦਾਸ ਜੀ ਦਾ ਇੱਕ ਇੱਕ ਬੋਲ ਕਿਤਨੀ ਵੱਡੀ ਸਿੱਖਿਆ ਦੇ ਰਹੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਆਪ ਗਵਾਏ, ਹਉਮੈ ਵਿੱਚੋਂ ਜਾਏ, ਗੱਲ ਕੋਈ ਆਖਿਆ ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਾਂ ਖਿੰਚੈ ਤਾਂ ਜਾਏ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਫਿਰ ਉੱਜੜ ਪਾਏ। ਜੇ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਧੰਨ ਧੰਨ ਗੁਰੂ ਅੰਗਦ ਦੇਵ ਜੀ ਦੀ ਬਾਣੀ ਪੜ੍ਹੋ। ਪੜ੍ਹੀ ਤਾਂ ਬਹੁਤ ਵਾਰੀ ਸੀ, ਪਰ ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ 300 ਸਾਲਾ ਪੁਰਬ ਖਡੂਰ ਸਾਹਿਬ ਵਿੱਚ ਮਨਾਇਆ, ਪੰਥ ਵੱਲੋਂ ਹੁਕਮ ਹੋਇਆ ਕਿ ਉਸ ਵੱਡੇ ਸਮਾਗਮ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀ ਵਿਚਾਰ ਦਾਸ ਨੇ ਕਰਨੀ। ਫਿਰ ਜਦੋਂ ਵਿਚਾਰ ਕਰਨੀ ਹੋਵੇ ਫਿਰ ਤਿਆਰੀ ਵੀ ਕਰਨੀ ਪੈਂਦੀ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 63 ਸਲੋਕ ਇਕੱਠੇ ਕੀਤੇ, ਇੱਕ ਇੱਕ ਦੀ ਵਿਚਾਰ ਕੀਤੀ ਅਤੇ ਲੜੀਵਾਰ ਵਿਚਾਰ ਕਰਕੇ ਜੋ ਨਿਚੋੜ ਨਿਕਲਿਆ ਉਹ ਇਹ ਸੀ। ਭਾਈ ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਬੈ ਬਾਜੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤੋ ਸਾਹਿਬ ਮਿਲਣਾ। ਇਹ ਇੱਕੋ ਹੀ ਸਲੋਕ ਸੇਵਾ ਕਰਨ ਵਾਲਿਆਂ ਵਾਸਤੇ ਬਹੁਤ ਗਾਈਡਲਾਈਨ ਹੈ। ਭਾਈ, ਸੇਵਾ ਕਰਨ ਵਾਲੇ ਨੂੰ ਆਪਣੀ ਮਰਜ਼ੀ ਨਾਲ ਨਹੀਂ ਵੇਖਣਾ, ਜੋ ਗੁਰੂ ਆਖੇ ਉਹ ਵੇਖਣ। ਸੇਵਾ ਕਰਨ ਵਾਲੇ ਨੇ ਕੰਨਾਂ ਨਾਲ ਹੋਰ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀ, ਜੋ ਗੁਰੂ ਆਖੇ ਸੁਣਨਾ। ਜੀਬੈ ਬਾਜੋਂ ਬੋਲਣਾ, ਰਸਨਾ ਤੋਂ ਆਪਣੀ ਮਰਜ਼ੀ ਨਾਲ ਨਹੀਂ ਬੋਲਣਾ, ਹੱਥਾਂ ਨਾਲ ਉਹ ਕੰਮ ਨਹੀਂ ਕਰਨਾ, ਪੈਰਾਂ ਨਾਲ ਆਪਣੀ ਮਰਜ਼ੀ ਨਾਲ ਨਹੀਂ ਚੱਲਣਾ। ਮਾਰੀਏ ਚਾਤ ਆਪਣੇ ਆਪਣੇ ਅੰਦਰ ਕਿ ਅਸੀਂ ਇਸ ਤਰ੍ਹਾਂ ਸੇਵਾ ਕਰ ਰਹੇ ਹਾਂ। ਧੰਨ ਗੁਰੂ ਅਮਰਦਾਸ ਜੀ ਨੇ ਐਸੀ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਬੰਧਨ ਬੜੇ ਹਨ, ਲੋਕ ਕੀ ਕਹਿੰਦੇ ਹਨ, ਰਿਸ਼ਤੇਦਾਰ ਕੀ ਕਹਿੰਦੇ ਹਨ, ਮੈਂ ਇਹ ਕੰਮ ਕਰਾਂ ਲੋਕ ਕੀ ਕਹਿਣ। ਆਖਿਆ ਜਿਹੜਾ ਗੁਰੂ ਦਾ ਸੇਵਕ ਹੈ ਉਹ ਇਹਨਾਂ ਸਾਰੇ ਬੰਧਨਾਂ ਨੂੰ ਤੋੜ ਦੇ ਅਤੇ ਮੁਕਤ ਹੋਏ। ਸੱਚਮੁੱਚ ਜਦੋਂ ਮੈਂ ਗੁਰੂ ਪਾਤਸ਼ਾਹ ਦੇ ਬਚਨ ਪੜ੍ਹਦਾ, ਹੁਣ ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ। ਅਬ ਹਮ ਚਲੀ ਠਾਕੁਰ ਪੈਹਾਰ,
जब हम शरण प्रभु की आई, राख प्रभु पावे मार, लोगन की चतुराई उपमा, ते बैसंतर जार, कोई भला कहो पावे बुरा कहो, हम तन दियो है तार, बंधन तोड़े मुक्त होए, सच्चे रह समाए, हठे पैर उस सच्चे दे नाल एकमिक होया रहे, तथा जेड़ा इस तरह गुरु की सेवा करेगा उदे बंधन टुट जाने। गुर कै ग्रह सेवक जो रह, गुर की आज्ञा मन में सह, आपस को कर कछ न जनावे, हर हर नाम हृदय तद त्यावे, मन बेचे सदगुर के पास, ते सेवक के कार्य रास। ये पहले श्लोक दियां कुछ पंक्तियां। सतगुर की सेवा सफल है, जे को करे चित लाए, मन चिंदिया फल पावना, हमें विचों जाए, बंधन तोड़े मुक्त होए, सच्चे रह समाए। इस जग में नाम अलभ है, इस जग में इस संसार दे अंदर नाम वो वस्तु है जिड़ी दुर्लभ है, जिड़ी चीज़ आम लभे उन्हों ते सुलभ कहंदे, सुलभ दे उल्ट अलभ है। आख्या इस संसार दे अंदर परमात्मा दा नाम बाजार विच नहीं मिकता, किसी कीमत नाल नहीं मिलता, इसलिए नू अलभ के। पर ये अलभ वस्तु, ये दुर्लभ वस्तु, गुरमुख वसै मन आए, जे गुरु दी शरण विच आ जाओ, जे गुरु दे सन्मुख हो जाओ, जे गुरु दी दसी हुई कार करन लग पवो, ये मन विच आके वस जा। नानक जो गुरु से मैं अपना, हों तिन बलिहार रह जाऊं। नानक जी फरमाते तन हन वो जिहड़े अपने गुरु की सेवा करते, जिहड़े गुरु के कहे अनुसार चलते, अपनी मन मर्जी नहीं करते। हों तिन बलिहारे जाऊं, मैं उन्हां तो बलिहारे जाना वार नहीं जा। हुण दूजे श्लोक विच फरमाते महला तीजा, मनमुख मन अजित है। जिहड़ा मन दे पिछे तुरन वाला है उहदा मन अजित है। अजित दा मतलब उहदे वस विच नहीं आउंदा, उहदे काबू तो बाहर। क्यों काबू तो बाहर? दूजे लगे जाए वो माया विच जा लगे, उहनूं दुनियावी बढ़ियाइयां दी भुख है, इसलिए उसका मन उदे वसी करन विच नहीं। और इहदा नतीजा की निकलदा? तिसनूं सुख सुपने नहीं, दुखे दुख विहाए, उहदी सारी जिंदगी दुखां विच ही बीत, उहनूं सुपने विच भी सुख नहीं। ये आम मुहावरा, मैनूं कदे सुपने विच भी नहीं ये गल चेत, तो कहने का मतलब उस नूं कदे सुख मिल ही नहीं सकता। मनमुख मन अजित है, दूजे लगे जाए, तिस नूं सुख सुपने नहीं, दुखे दुख विहाए। हुण मिसाल दे के समझाउंदे, घर घर पढ़ पढ़ पंडित थके, सत्संगत इत्थे पंडित बहुवचन है। जे पंडित दे तत्ते नूं औंकल लग जाए तो पंडित एक हो जाए। कई बारी पंडित तत्ता मुक्ता भी आउंदा है, वो संबोधन है। इत्थे बहुते पंडितां दी गल है,
ਘਰ ਘਰ ਪੜ੍ਹ ਪੜ੍ਹ ਪੰਡਿਤ ਥੱਕੇ, ਸਿੱਧ ਸਮਾਧ ਲਗਾਏ, ਕਈ ਸਿੱਧੀਆਂ ਪ੍ਰਾਪਤ ਕਰਨ ਵਾਲੇ ਸਮਾਧੀਆਂ ਲਾ ਲਾ ਕੇ ਬੈਠੇ। ਇਹ ਮਨ ਵਸ ਨਾ ਆਵੇ, ਥੱਕੇ ਕਰਮ ਕਮਾਏ, ਪਰ ਇਹ ਮਨ ਕਾਬੂ ਵਿੱਚ ਨਹੀਂ ਹੁੰਦਾ। ਐਵੇਂ ਨਹੀਂ ਗੁਰੂ ਅਮਰਦਾਸ ਜੀ ਨੇ ਕਿਹਾ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਬੜਾ ਮਨ ਪ੍ਰਥਾ ਉਪਦੇਸ਼ ਕੀਤਾ। ਇਹ ਮਨ ਆਰਸੀ ਕੋਈ ਗੁਰਮੁਖ ਦੇਖੈ, ਮੋਰਚਾ ਨਾ ਲਾਗੈ ਜਾਂ ਹੋਮੈ ਸੁੱਖ। ਇਸ ਮਨ ਨੂੰ ਕਾਬੂ ਕਰਨਾ ਕੋਈ ਸੌਖਾ ਨਹੀਂ। ਆਖਿਆ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ ਉਹਦਾ ਮਨ 'ਤੇ ਬਿਲਕੁਲ ਕਾਬੂ ਨਹੀਂ। ਸਿਰਫ ਪੋਥੀਆਂ ਪੜ੍ਹਨ ਨਾਲ, ਗ੍ਰੰਥਾਂ ਦਾ ਅਧਿਐਨ ਕਰਨ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ। ਸਮਾਧੀਆਂ ਲਾਉਣ ਨਾਲ ਵੀ ਨਹੀਂ ਹੁੰਦਾ। ਘਰ ਘਰ ਪੜ੍ਹ ਪੜ੍ਹ ਪੰਡਿਤ ਥੱਕੇ, ਸਿੱਧ ਸਮਾਧ ਲਗਾਏ, ਇਹ ਮਨ ਵਸ ਨਾ ਆਵੇ, ਥੱਕੇ ਕਰਮ ਕਮਾਏ। ਭੇਖ ਧਾਰੀ ਭੇਖ ਕਰ ਥੱਕੇ, ਅਠਸੜ ਤੀਰਥ ਨਾਹੇ। ਜਿਹੜੇ ਭੇਖ ਕਰਨ ਵਾਲੇ ਮਨੁੱਖ ਨੇ, ਕਦੇ ਵੇਖੋ ਅਸੀਂ ਕਿਸੇ ਦੇ ਭੇਖ ਨੂੰ ਮਾੜਾ ਚੰਗਾ ਨਹੀਂ ਕਹਿ ਰਹੇ, ਪਰ ਜੇ ਉਸ ਭੇਖ ਦੇ ਮੁਤਾਬਕ ਉਹਨਾਂ ਦਾ ਅੰਦਰਲਾ ਜੀਵਨ ਨਾ ਹੋਵੇ ਫਿਰ ਉਹਨਾਂ ਨੂੰ ਕੀ ਕਿਹਾ ਜਾਏਗਾ? ਪਖੰਡੀ ਕਿਹਾ। ਆਖਿਆ ਇਸੇ ਤਰ੍ਹਾਂ ਅਨੇਕਾਂ ਲੋਕ ਭੇਖਾਂ ਵਿੱਚ ਫਸ ਗਏ ਔਰ ਭੇਖ ਕਰ ਕਰਕੇ ਥੱਕ। ਅੱਠ ਸੱਠ ਤੀਰਥ ਨਾਏ, 68 ਤੀਰਥਾਂ 'ਤੇ ਇਸ਼ਨਾਨ ਵੀ ਕਰ ਲਿਆ, ਪਰ ਮਨ ਕੀ ਸਾਰ ਨ ਜਾਣਨੀ, ਹਉ ਮੈਂ ਭਰਮ ਭੁਲਾਏ। ਉਹਨਾਂ ਨੂੰ ਮਨ ਦੀ ਸੋਝੀ ਕੋਈ, ਉਹਨਾਂ ਦੀ ਮਨ ਨਾਲ ਕੋਈ ਸਾਂਝ ਬਣੀ ਨਹੀਂ। ਇਸੇ ਲਈ ਮਹਾਰਾਜ ਰੋਜ਼ ਸਾਨੂੰ ਪ੍ਰੇਰਿਤ, ਭਾਈ ਮਨ ਨੂੰ ਮਾਰੋ ਨਾ, ਮਨ ਨੂੰ ਸਵਾਰੋ, ਕਿਉਂਕਿ ਮਨ ਮਰਨ ਵਾਲੀ ਚੀਜ਼ ਨਹੀਂ ਹੈ। ਨਾ ਮਨ ਮਰੇ ਨਾ ਮਾਇਆ ਮਰੇ, ਜਿਨ ਕਿਛ ਕੀਆ ਸੋਈ ਜਾਣੇ, ਸ਼ਬਦ ਵਿਚਾਰ ਬਹੁ ਸਾਗਰ ਤਰੇ। ਲਓ ਅਖੀਰ ਵਿੱਚ ਸਮਝਾਉਂਦੇ ਨੇ, ਗੁਰਪ੍ਰਸਾਦੀ ਭਉ ਪਿਆ, ਬੁੱਢ ਭਾਗ ਵਸਿਆ ਮਨ ਆਏ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਲਿਆ, ਜਿਹੜੇ ਉਸ 'ਤੇ ਨਿਰਮਲ ਭਾਵ ਵਿੱਚ ਆ ਗਏ, ਉਹ ਵੱਡੇ ਭਾਗਾਂ ਵਾਲੇ ਆ ਅਤੇ ਉਹਨਾਂ ਦੇ ਮਨ ਵਿੱਚ ਆ ਕੇ ਪਰਮਾਤਮਾ ਵਸ ਜਾਂ। ਭੈ ਪੈ ਮਨ ਵਸ ਹੋਆ, ਹੋ ਮੈਂ ਸ਼ਬਦ ਜਲਾਏ। ਜਦੋਂ ਉਹਨਾਂ ਦੇ ਅੰਦਰ ਪਰਮਾਤਮਾ ਦਾ ਭੈ ਪੈ ਗਿਆ ਫਿਰ ਇਹ ਮਨ ਵਸ ਹੋਆ ਅਤੇ ਹੋਮੇ ਸ਼ਬਦ ਜਲਾਏ। ਇਹ ਜਿਹੜੀ ਹੋਮੇ ਟਿਕਣ ਨਹੀਂ ਦਿੰਦੀ, ਇਹਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹ ਸਾੜ ਦਿੰਦੇ ਹਨ। ਸੱਚ ਰਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ। ਜਿਹੜੇ ਇਸ ਤਰ੍ਹਾਂ ਸੱਚ ਵਿੱਚ ਰੰਗੇ ਗਏ ਨੇ ਉਹ ਨਿਰਮਲੇ ਹਨ। ਨਿਰਮਲੇ ਤੋਂ ਮਤਲਬ ਮੈਲ ਤੋਂ ਰਹਿਤ ਹਨ, ਔਰ ਉਹ ਆਪਣੀ ਜੋਤ ਨੂੰ ਪਰਮਾਤਮਾ ਦੀ ਜੋਤ ਵਿੱਚ ਮਿਲਾਉਣ 'ਚ ਕਾਮਯਾਬ ਹੋ ਗਏ। ਸਤਿਗੁਰ ਮਿਲਿਆ ਨਾ ਪਾਇਆ, ਨਾਨਕ ਸੁੱਖ ਸਮਾਏ। ਇਉਂ ਗੁਰੂ ਦੇ ਮਿਲਾਪ ਨਾਲ ਉਹਨਾਂ ਨੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲਈ ਅਤੇ ਨਾਨਕ ਜੀ ਫਰਮਾਉਂਦੇ ਨੇ ਸੁੱਖ ਵਿੱਚ ਸਮਾ ਗਏ। ਪੌੜੀ ਇਹ ਭੂਪਤ ਰਾਣੇ ਰੰਗ, ਦਿਨ ਚਾਰ ਸੁਹਾਵਣਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਪਿਆਰਿਓ ਇਹ ਰਾਜੇ ਇਹ ਰਾਣੇ, ਇਹਨਾਂ ਦੇ ਰੰਗ ਇਹਨਾਂ ਦੇ ਐਸ਼ਵਰਜ, ਇਹ ਚਾਰ ਦਿਨਾਂ ਦੀ ਖੇਡ ਹੈ। ਇਹ ਮਾਇਆ ਰੰਗ ਕੁਸੁੰਬ, ਖਿਨ ਮੈਂ ਲਹਿ ਜਾਵਣਾ। ਇਹ ਮਾਇਆ ਦਾ ਰੰਗ ਕਸੁੰਬੇ ਵਰਗਾ, ਕਹਿੰਦੇ ਨੇ ਕਸੁੰਬੇ ਦਾ ਫੁੱਲ ਇਤਨਾ ਸ਼ੋਖ ਰੰਗ ਦਾ ਹੁੰਦਾ ਕਿ ਜਿਵੇਂ ਅੱਗ ਦੀ ਲਾਟ ਨਿਕਲਦੀ ਹੁੰਦੀ।
पर हाथ लाओ ते टह टेरी हो जाते। ये माया रंग कसुंब खिन मैं लह जामना, चलदियां नाल न चले सिर पाप लह जामना। आख्या जदों जीव संसार तो तुरदा ये माया ये राग रंग किसे नाल नहीं तुरद। हाँ इन्हां नूं प्राप्त करन लई जिहड़े कीते होए पाप ने उन्हां दी पंड जरूर नाल है। जां पकड़ चलाया काल तां खरा डरावना, जदों काल पकड़ के अगे लाउंदा फिर जीव लई बहुत मुश्किल दी हालत, फिर बड़ा भय पीत हुंदा, फिर बड़ा डरदा। ओ वेला हथ ना आवे फिर पछतावना। वो जिहड़ा मनुखा जन्म दा वेला सी जदों परमात्मा दा सिमरन करना सी वो वेला हथों निकल जाता, फिर ते पछतावा ही रह जाता। धन गुरु अमरदास जी, धन गुरु रामदास जी इको ही रूप ने सानू जीवन जहाज सिखा रहे ने। आओ इस तरह परमात्मा दे सिमरन विच जुड़िए ते गुरु दे पैर विच आके अपने जीवन नू सवारी। वाहिगुरु जी का खालसा, वाहिगुरु जी की फतेह।